ਅਸਲਾਮੁਆਲਿਕਮ ਵੀਰੋ ਤੁਸੀਂ ਮੇਰੇ ਉਹ ਸਾਡਾ YouTube ਚੈਨਲ ਪੰਜਾਬੀ ਵਲੋਗ ਤੇ ਮੇਰਾ ਨਾਮ ਜਮਸ਼ਮੇਲ ਅਮੀਰ ਕਪੜਾ ਸਾਰੇ ਭਾਈ ਠੀਕ ਹੋਵਗੇ ਤੇ ਅੱਜ ਦਾ ਵਲੋਗ ਸਟਾਰਟ ਕਰਨੇ ਆ ਤੇ ਜੀ ਵਲੋਗ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਨਵੇਂ ਵੀਵਰ ਨੇ ਉਹ ਸਾਡਾ YouTube ਚੈਨਲ ਪੰਜਾਬੀ ਲੋਨ ਨੂੰ ਸਬਸਕ੍ਰਾਈਬ ਕਰ ਲੋ ਅਸੀਂ ਡੇਲੀ ਵਲੋਗ ਐਸਾ ਚੈਨਲ ਤੇ ਅਪਲੋਡ ਕਰੀ ਦੇਣਾ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਅੱਛੇ-ਅੱਛੇ ਐਸੀਆਂ ਵੀਡੀਓ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲੋ ਤੇ ਜੀ ਵੀਡੀਓ ਸ਼ੁਰੂ ਕਰਨੇ ਆ ਤੇ ਅੱਜ ਸਵੇਰ ਤੇ ਬਹੁਤ ਹੀ ਨਾ ਗਰਮੀ ਸੀ ਹਬਸੀ ਬਹੁਤ ਜ਼ਿਆਦਾ ਬਹੁਤ ਅੱਜ ਤਕਰੀਬਨ 48 ਤੇ ਟੈਂਪਰੇਚਰ ਗਿਆ ਸੀ ਤੇ ਹੁਣ ਕੁਝ ਘਟ ਹੋਇਆ ਕੱਲ ਜਾਂ ਪਰਸ ਦੀ بارش ਦੀ پیشਗੋਈ ਕੀਤੀ ਗਈ ਹੈ ਸ਼ਾਇਦ ਕਿਤੇ بارش ਆ ਜੇ ਇਸ ਇਲਾਕੇ ਚ ਥਲ ਦੇ ਵਿੱਚ بارش ਬਹੁਤ ਘੱਟ ਹੁੰਦੀਆਂ ਨੇ ਸਾਈਡ ਵਾਲੇ ਇਲਾਕੇ ਨੇ ਤਾਂ بارشਾਂ ਹੋ ਜਾਂਦੀਆਂ ਪਰ ਇੱਥੇ ਬਹੁਤ ਘੱਟ ਹੁੰਦੀਆਂ ਨੇ ਇਹ ਦੇਖ ਸਕਦੇ ਹੋ ਹੁਣ ਥੋੜੀ ਥੋੜੀ ਹਵਾ ਚਲਣੀ ਸ਼ੁਰੂ ਹੋਈ ਹੈ ਕੁਛ ਨਾਰਮਲ ਮੌਸਮ ਹੋਇਆ ਨਹੀਂ ਤੇ ਬਹੁਤ ਹੀ ਗਾਵਾਂ ਗਰਮੀ ਕਰਨੀਆਂ ਸ਼ੁਰੂ ਕਰ ਦਿੱਤਾ ਸੀ ਇਹ ਹੁਣ ਦੇਖੋ ਹੁਣ ਕੋਈ ਨਾਰਮਲ ਮੌਸਮ ਹੋ ਗਿਆ ਤੇ ਵੀ ਵਰਾ ਅੰਨੀ ਗਰਮੀ ਚ ਦੇਖੋ ਹੁਣ ਸ਼ਾਵਰ ਵੀ ਚੱਲਦੇ ਸਨ ਪਰ ਤੇ ਬਿਜਲੀ ਆਉਣਾ ਹੈ ਕੋ ਨਹੀਂ ਗਰਮੀ ਚ ਬਿਜਲੀ ਬਹੁਤ ਜ਼ਿਆਦਾ ਜਾਂਦੀ ਹੈ ਇਸ ਲਈ ਨਾ ਅਸੀਂ ਸੋਲਰ ਵਾਲਾ ਸ਼ੁਕਰੇ ਸਿਸਟਮ ਹੈ ਵੇ ਸੋਲਰਾਂ ਤੇ ਲੱਗੀਆਂ ਨੇ ਪਰ ਇਹ ਦੇਖੋ ਇਸ ਟਾਈਮ ਸ਼ੁਕਰੇ ਮੋਟਰ ਚੱਲ ਰਹੀ ਹੈ ਸ਼ਾਵਰ ਨਾਲ ਚੱਲ ਰਹੇ ਨੇ ਗਾਵਾਂ ਦੇ ਹੌਣ ਤੇ ਥੋੜੇ ਥੜੇ ਹੋਦੀ ਚੱਲ ਰਹੀ ਹੈ ਹੋਦੀ ਭਰ ਰਹੀ ਹੈ ਇਹਦੇ ਨਾਲ ਤੇ ਥੋੜੇ ਸ਼ਾਵਰ ਘੱਟ ਚੱਲ ਰਹੇ ਨੇ ਤੇ ਜੀ ਸ਼ੁਕਰ ਹੈ ਅਸੀਂ ਸੋਲਣ ਲਵਾਈਆਂ ਨਹੀਂ ਤੇ ਬਹੁਤ ਹੀ ਕੰਮ ਖਰਾਬ ਹੁੰਦਾ ਬਿੱਲ ਬਹੁਤ ਜ਼ਿਆਦਾ ਆ ਰਹੇ ਨੇ ਤੁਸੀਂ ਇੱਕ ਵੇਖਿਆ ਹੋਣਾ ਇਸ ਮਹੀਨੇ ਨੇ ਬਹੁਤ ਜ਼ਿਆਦਾ ਬਿੱਲ ਆ ਰਹੇ ਨੇ ਯੂਨਟਾ ਤਕਰੀਬਨ ਨਾ 3-4 ਪੇ ਮਹਿੰਗਾ ਹੋ ਚੁੱਕਿਆ ਹੈ ਬਿਜਲੀ ਦਾ ਯੂਨਟ ਤੇ ਇਸ وجہ ਤੋਂ ਬਿੱਲ ਬਹੁਤ ਜ਼ਿਆਦਾ ਆ ਰਹੇ ਨੇ ਇਸ وجہ ਤੂੰ ਤੁਹਾਨੂੰ ਬਾਰ ਬਾਰ ਕਹੀਦਾ ਹੈ ਸਸਤੇ ਕੰਮ ਆਲੇ ਸਾਈਡ ਤੇ ਆ ਉਹ ਅਗਰ ਤੁਸੀਂ 16 ਨਾਲ ਵਾਲੀਆਂ ਨਾ ਤੁਹਾਡੀਆਂ ਸਾਲ ਦੇ ਵਿੱਚ ਸਾਰਾ ਨਿਕਲ ਜਾਏਗਾ ਜਿੰਨਾ ਤੁਹਾਡਾ ਬਿੱਲ ਹੋਏ ਦਾ ਤਕਰੀਬਨ ਤਕਰੀਬਨ 200 ਯੂਨਟ ਆਲੇ ਦਾ 5000 ਰਾਮ ਨਾਲ ਬਿੱਲ ਹੁੰਦਾ 200 ਯੂਨਟ ਦਾ ਤੇ ਉਹ ਹੀ ਹੈ ਨਾ ਜਿਵੇਂ ਹੁਣ ਕੱਲਾ ਬਲਬ ਬਾਲ ਸਕਦੇ ਹੋ 200 ਯੂਨਟ ਤੇ ਛੱਡ ਜਾਣੇ ਨੇ ਕੱਲੇ ਬਲਬ ਨਾਲੀ ਤੇ ਜੀ ਅਗਰ ਤੁਸੀਂ 600 ਦੇਓ ਤੇ ਉਹ ਤਕਰੀਬਨ ਹੈ 18000 ਰੁਪਿਆ ਤੇ ਅਗਰ 760 ਦੇਓ ਤੇ ਉਹਦਾ 28000 ਰੁਪਿਆ ਤੇ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਮਹਿੰਗਾਈ ਉਤੇ ਜਾ ਚੁੱਕੀ ਹੈ ਇਸ ਵਜ੍ਹਾ ਤੋਂ 16 16 ਲਵਾਓ ਇਹਦੇ ਵਿੱਚ ਬਹੁਤ ਹੀ ਤੁਹਾਨੂੰ ਬਚਤ ਆਏਗੀ ਜਿਹੜੇ ਬੈਲ ਨੇ ਉਹ ਅਸੀਂ ਸਪਲਾਈ ਲਾ ਸਕਦੇ ਹੋ तकरीबन 3.5 ਲੱਖ ਰੁਪਏ ਦਾ ਖਰਚਾ ਹੋਏਗਾ ਉਹਦੇ ਤੁਸੀਂ ਸਪਲਾਈ ਲਾ ਸਕਦੇ ਹੋ ਨਾਲ 55 ਹਜ਼ਾਰ ਦੀ ਸਪਲਾਈ ਲਾ ਕੇ ਦੇਂਦੇ ਨੇ ਤੇ 6 ਪਲੇਟਾਂ ਹੁੰਦੀਆਂ ਨੇ ਸੋਲਰ ਪਲੇਟਾਂ 550 ਵਾਟ ਦੀਆਂ ਜਿਸ ਤੋਂ ਤੁਸੀਂ ਸਾਰਾ ਦੇਣਾ ਸਕੂਨ ਨਾਲ ਚਲਾ ਸਕਦੇ ਹੋ ਉਹ ਸਾਰਾ ਘਰ ਦਾ ਨਿਜ਼ਾਮ ਨਾਲ AC ਵੀ ਚੱਲ ਸਕਦਾ ਹੈ ਅਗਰ ਤੁਸੀਂ ਲਵਾਉਣਾ ਚਾਹੁੰਦੇ ਹੋ ਤੇ ਭਾਈ 3.5 ਲੱਖ ਚਾ ਅਗਰ ਤੁਹਾਡੇ ਕੋਲ ਥੋੜੀ ਜਿਹੀ ਹੋਰ ਗੰਜائش ਹੈ ਤੇ ਤੁਸੀਂ ਦੋ ਬੈਟਰੀਆਂ ਲੈ ਲਓ ਤੇ ਨਾਲ UPS ਰੱਖ ਲਓ ਉਹ ਸਾਰਾ ਦਿਨ ਬੈਟਰੀਆਂ ਚਾਰਜ ਹੋਣਗੀਆਂ ਤੇ ਰਾਤ ਨੂੰ ਚਲਾ ਸਕਦੇ ਹੋ ਤੁਸੀਂ ਉਹਦੇ ਚ ਤੁਹਾਨੂੰ ਬਿਲਕੁਲ ਹੋਣਾ ਫਿਰ ਜੇਕਰ ਤੁਸੀਂ ਇਹ ਸਿਸਟਮ ਲਾ ਲਓ ਤੇ ਤੁਹਾਡੀ ਬਿਲਕੁਲ ਬਿਜਲੀ ਫਰੀ ਹੋ ਜਾਂਦੀ ਹੈ ਤੁਹਾਨੂੰ ਵਾਪਟਾ ਚਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਸੋਲਰ ਹੀ ਕਾਫੀ ਹੁੰਦੀ ਤੁਹਾਨੂੰ ਇਹ ਜ਼ਿਆਦਾ ਬਹੁਤ ਹੀ ਬਚਤ ਵਾਲਾ ਕੰਮ ਹੈ ਅਗਰ ਤੁਸੀਂ ਇਸ ਸਾਈਡ ਤੇ ਆਓਗੇ ਅਗਰ ਤੁਹਾਡੀ ਸੋਚ ਹੈ ਅੰਨੀ ਤੇ ਤੁਸੀਂ ਇਹ ਕੰਮ ਕਰੋ لازਮੀ ਮੈਂ ਤੇ ਇੱਕ مشورہ ਦਵਾंगा ਤੁਹਾਨੂੰ ਕਿ ਬਹੁਤ ਹੀ ਸਸਤਾ ਕੰਮ ਹੈ ਇਸ ਤੋਂ ਅਸੀਂ ਬਹੁਤ ਜ਼ਿਆਦਾ ਫਾਇਦਾ ਉਠਾ ਰਹੇ ਹਾਂ ਐਂ ਦੇਖ ਸਕਦੇ ਹੋ ਇਸ ਤੋਂ ਅਸੀਂ ਫਾਰਮ ਹੀ ਚਲਾ ਰਹੇ ਹਾਂ ਤੇ ਇਧਰ ਚੁਆਈ ਵਾਲੀ ਮਸ਼ੀਨ ਹੈ ਇਧਰ ਸ਼ਾਵਰ ਚੱਲ ਰਹੇ ਨੇ ਇਧਰ ਮੋਟਰ ਚੱਲ ਰਹੀ ਹੈ ਘਰ ਦਾ ਸਾਰਾ ਨਿਜ਼ਾਮ ਚੱਲ ਰਿਹਾ ਹੈ ਪਲੇਟਾਂ ਤੇ ਫਿਲਹਾਲ ਅਸੀਂ ਬੈਟਰੀਆਂ ਨਹੀਂ ਲਈਆਂ ਬੈਟਰੀਆਂ ਵਿੱਚ ਲੈ ਲਾਂਗੇ ਸਰਦੀਆਂ ਜੰਗਾਂ ਅਗਲੀਆਂ ਗਰਮੀਆਂ ਵਿੱਚ ਲੇ ਲਾਂਗੇ ਬੈਟਰੀਆਂ ਇਹ ਸਾਡੇ ਕੋਲ ਨਹੀਂ ਗੰਜੈਸ਼ ਨਹੀਂ ਹੈ ਤੇ ਪਰ ਇਹਦਾ ਵੀ ਅਗਰ ਤੁਸੀਂ ਬੈਟਰੀ ਨਹੀਂ ਨਾ ਇਹ ਤੇ ਤੁਸੀਂ ਦੇਣੇ ਦੇਣਾ ਵੀ ਨਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਇਹਦਾ ਟਾਈਮ 6:30 ਹੋ ਚੁੱਕੇ ਨੇ ਸ਼ਾਮ ਦੇ 6:30 ਤੇ ਤਕਰੀਬਨ ਅੱਧੇ ਘੰਟੇ ਬਾਅਦ ਉਹ ਅਜ਼ਾਨ ਹੋ ਜਾਣੀ ਮਗਰਬ ਦੀ ਤੇ ਜੀ ਇਹ ਦੇਖ ਸਕਦੇ ਹੋ ਇਹ ਮਗਰਬ ਤੱਕ ਚਲਦੀ ਰਹਿੰਦੀ ਹੈ ਸੋਲਰ ਅਗਰ ਮਾੜਾ ਜਿਹਾ ਸੂਰਜ ਇਹ ਕਿਰਨਾਂ ਨਿਕਲੀਆਂ ਹੋਣ ਮਤਲਬ ਡੁੱਬਦਾ ਹੋਵੇ ਮਾੜਾ ਜਿਹਾ ਨਾ ਗਰੂਪ ਹੁੰਦਾ ਹੋਵੇ ਤੇ ਇਹ ਉਹਦੋਂ ਤੱਕ ਚੱਲਦੀ ਰਹਿੰਦੀ ਹੈ ਦੇਖੋ 16 ਦਾ ਥੋੜਾ ਜਿਹਾ ਰੈਂਟ ਨੇ ਇਹ ਚੱਲ ਜਾਂਦੀ ਹੈ ਤੇ ਜਨਾਬ ਆਗੋ ਤੁਸੀਂ ਇਸੀ ਚਲਾ ਸਕਦੇ ਹੋ ਬਾਕੀ ਫ੍ਰੈਂਚ ਮੋਟਰ ਪੱਖੇ ਮਤਲਬ ਕਿ ਘਰ ਦੀ ਜੋ ਵੀ ਜ਼ਰੂਰਿਆਤ ਦੀਆਂ ਹੈ ਸ਼ੈਵਨ ਹੈ ਇਲੈਕਟ੍ਰੋਨਿਕਸ ਦੀਆਂ ਉਹ ਇਹ ਚਲਾ ਸਕਦੀ ਨਾਲ ਅਸੀਂ ਬੋਰ ਵੀ ਚਲਾਇਦਾ ਹੈ ਇਹ 18 ਦਾ ਇਨਵਰਟਰ ਲੱਗਾ ਹੈ ਅਗੇ 6-7 ਦੇ ਬੋਰ ਹੈ ਜਨਾਬ ਉਹਦੇ ਤੇ 20 ਦੀ ਮੋਟਰ ਲੱਗੀ ਹੋਈ ਹੈ ਉਹ ਦੇਖੀ ਹੁਣੇ ਤੁਸੀਂ ਵੀਡੀਓ ਨਹੀਂ ਵੇਖੀ ਤੇ ਪਿਛਲੀਆਂ ਤੁਸੀਂ ਸੇਵ ਰੱਖਦੇ ਹੋ ਵੀਡੀਓ ਉਹਦੇ ਤੇ ਮੈਂ ਬਣਾਈਆਂ ਨੇ ਤੇ ਜੇ ਅਸੀਂ ਬਾਕੀ ਸਾਰਾ ਇਨਜ਼ਾਮ ਇਹਦੇ ਤੇ ਕੀਤਾ ਪਰ ਅਸੀਂ ਇਹ ਜਿਹੜਾ ਪੱਠਿਆਂ ਦਾ ਤੇ ਪੱਠੇ ਕੁੱਤੀ ਦੇ ਨੇ ਐ ਮਸ਼ੀਨ ਤੇ ਪਰ ਇਹਦੇ ਤੇ ਅਸੀਂ ਮੋਟਰ ਨਹੀਂ ਲਾਈ ਕਿਉਂਕਿ ਰਾਤੀ ਤਕਰੀਬਨ ਸ਼ਾਮ ਵੀ ਪੈ ਸਕਦੀ ਹੈ ਪੱਠੇ ਕੁੱਤਰਣ ਲੱਗਿਆ ਤੇ ਦਿਨੇ ਦਿਨੇ ਇਹ ਚੱਲ ਸਕਦਾ ਨਿਜ਼ਾਮ ਤੇ ਇਸ ਲਈ ਨਾ ਅਸੀਂ ਇਹਦੇ ਤੇ ਮੋਟਰ ਨਹੀਂ ਲਾਈ ਪੀਟਰ ਹੀ ਲਾਇਆ ਹੈ ਇਹਦੇ ਵਾਸਤੇ ਪੀਟਰ ਹੀ ਮਫੀਦ ਹੈ ਤੇ ਅਗਰ ਤੁਸੀਂ ਥੋੜੇ ਜਾਨਵਰ ਨੇ ਉਹਨਾਂ ਤੇ ਤੁਸੀਂ ਮੋਟਰ ਲਾ ਸਕਦੇ ਹੋ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਅਗਰ ਸਾਡੇ ਕੋਲ ਤੋਂ ਜ਼ਿਆਦਾ ਜਾਨਵਰ ਹੈ ਇਸ ਲਈ ਅਸੀਂ ਮੋਟਰ ਨਹੀਂ ਲਾਈ ਪੀਟਰ ਹੀ ਲਾਇਆ ਤਾਂ ਕਿ ਕੋਈ ਟੈਨਸ਼ਨ ਨਾ ਹੋਵੇ ਤੇ ਮੈਂ ਤੁਹਾਨੂੰ ਮੋਟਰ ਵੀ ਫਾ ਦੇਣਾ ਜਿਹੜੀ ਟਿਊਬਵੈਲ ਤੇ ਲੱਗੀ ਹੈ ਬੋਰ ਤੇ ਲੱਗੀ ਜਨਾਬ ਤੇ ਉਹ ਮੈਂ ਤੁਹਾਨੂੰ ਮੋਟਰ ਵੀ ਦਿਖਾਣਾ ਪਹਿਲਾਂ ਲੱਗਾ ਨਾ ਪੱਕਾ ਮੈਂ ਪੱਕਾ ਫਾ ਦੇ ਆ ਬਾਅਦ ਚ ਤੁਹਾਨੂੰ ਮੋਟਰ ਫਾਨਾ ਬੋਰ ਵਾਲੀ ਇਹ ਦੇਖੋ ਇਹਦੇ ਤੇ ਡੇਢ ਦੀ ਮੋਟਰ ਲੱਗੀ ਐਸੇ ਦੇਖ ਸਕਦੇ 3 ਫੇਰ ਮੋਟਰ ਹੈ ਜਨਾਬ ਇਹ ਪੱਖਾ ਘੇੜਦੀ ਐ ਡਾਵਾੜਾ ਇਹ ਦੇਖ ਸਕਦੇ ਹੋ ਸਾਡੇ ਕੋਲ ਤਕਰੀਬਨ 22 ਪਲੇਟਾਂ ਨੇ 22 ਪਲੇਟਾਂ ਤੇ ਆਗੋਂ ਨਾਲ ਬੋਰ ਦਾ ਵੀ ਚਲਾਂਦੀ ਏ 10 ਕਿੱਲੇ ਮਤਲਬ ਅਸੀਂ ਇਹਦੇ ਤੇ ਇਹਨਾਂ ਲਈ ਪਾਈ ਦੇ ਨੇ ਪੀਟਰ ਤੇ ਸਾਡੇ ਕੋਲ ਅਸੀਂ ਕੋਟੀ ਛੜਿਆ ਉਥੋਂ ਬਿਲਕੁਲ ਖਤਮ ਕਾ ਛੜਿਆ ਪੀਟਰ ਦਾ ਸਿਸਟਮ ਸਿਰਫ ਸੋਲਰਾਂ ਦਾ ਨਿਜ਼ਾਮ ਚੱਲ ਰਿਹਾ ਤੇ ਜਨਾਬ ਇਹ ਵੀ ਤੁਹਾਨੂੰ ਮੈਂ ਤਕਨੀਕ ਖਵਾਣਾ ਅਗਰ ਨਹੀਂ ਵੇਖੀ ਵੀਡੀਓ ਮਕਮਲ ਇਹਦੇ ਤੇ ਵੀ ਬਣਾਈ ਹੈ ਇਹਦੇ ਤੇ ਵੀਡੀਓ ਬਣਾਈ ਹੈ ਤੁਸੀਂ ਮੇਰੇ ਚੈਨਲ ਤੇ ਵੇਖ ਸਕਦੇ ਹੋ ਇਹ ਜਨਾਬ ਇਹਦੇ ਤੇ ਅਸੀਂ ਪਾਣੀ ਭਰਦੇ ਹੀ ਤੇ ਫਸਲਾਂ ਨੂੰ ਲਾਈਦਾ ਇਹ ਗੋਇਆ ਜਨਾਬ ਸਾਨੂੰ ਖਾਦੀ ਰੋਟੀ ਨਹੀਂ ਹੁੰਦੀ ਬਿਲਕੁਲ ਤੇ ਉਹ ਦੇਖ ਸਕਦੇ ਹੋ ਇਹ ਸਾਰਾ ਨਾ ਤੋੜੋ ਤੋੜ ਅਸੀਂ ਇਸ ਸੋਲਰ ਨਾਲ ਹੀ ਪਿਆਣਾ ਹੁੰਦਾ ਹੈ ਅਜਿੱਦ ਸਬਜ਼ੀ ਵਗੈਰਾ ਵੀ ਲੱਗੀ ਹੋਈ ਹੈ ਪਾਣੀ ਸਾਡਾ ਬਿਲਕੁਲ ਫਰੀ ਹੈ ਜਨਾਬ ਐ ਐਜ਼ ਬਿਲਕੁਲ ਸਾਡਾ ਫਰੀ ਹੈ ਨਾ ਖਾਦ ਵਾਲਾ ਨਿਜ਼ਾਮ ਇਹਦੇ ਕੋਈ ਡੀਆਪੀ ਸਾਰਾ ਯੂਰੀਆ ਵਗੈਰਾ ਸਾਰੀਆਂ ਖਾਦਾਂ ਸਮਝੋ ਇੱਕੋ ਤਲਾਬ ਦੇ ਵਿੱਚ ਨੇ ਹੁਣ ਮੈਂ ਤੁਹਾਨੂੰ ਫਾਨਾ ਮੋਟਰ ਜਿਹੜੀ ਲੱਗੀ ਬੋਰ ਤੇ ਇਸ ਟਾਈਮ ਥੋੜਾ ਜਿਹਾ ਸੂਰਜ ਤੇ ਗਰੂਪ ਹੋ ਚੁੱਕਿਆ ਹੈ ਬੋਰ ਬੰਦ ਹੋ ਚੁੱਕਿਆ ਪਰ ਸਪਲਾਈ ਚੱਲ ਰਹੀ ਹੈ ਉਹ ਸ਼ਾਮ ਤੱਕ ਨਹੀਂ ਬੰਦ ਹੁੰਦੀ ਉਹ ਉਹਦੇ ਨਾਲ ਘਰ ਦਾ ਸਾਮ ਚ ਵੜਾ ਚੱਲਦਾ ਰਹਿੰਦਾ ਪਰ ਬੋਰ ਬੰਦ ਹੋ ਜਾਂਦਾ ਕਿਉਂਕਿ ਬੋਰ ਦਾ ਇਹਦਾ ਲੋਡ ਲੈਂਦਾ ਆ ਦੇਖ ਸਕਦੇ ਹੋ ਤੇ ਜੀ ਆ ਦੇਖੋ ਇਹ 20 ਦੀ ਮੋਟਰ ਲੱਗੀ ਹੈ 6-7 ਦਾ ਬੋਰ ਹੈ ਜਨਾਬ ਇਹ ਫੁੱਲ ਪਾਣੀ ਕੱਢਦਾ ਪਿਛਲੀਆਂ ਵੀਡੀਓ ਆ ਨੇ ਮੇਰੀਆਂ ਇਹਦੇ ਤੇ ਵੀ ਬੋਰ ਤੇ ਵੀ ਆ ਦੇਖੋ ਇੱਥੇ ਜਨਾਬ ਇੱਥੋਂ ਗੋਬਰ ਸਾਰਾ ਪਾਣੀ ਲਾ ਕੇ ਅਸੀਂ ਫਸਲਾਂ ਨੂੰ ਲਾਈਦਾ ਐ ਪਰ ਆ ਬਾਗ ਲੱਗਾ ਸਾਡਾ ਜਨਾਬ ਸੰਮੀ ਦਾ ਵੀ ਪਰ ਆ ਮਿੱਠੇ ਦਾ ਵੀ ਲੱਗਾ ਇਹ ਸਾਰਾ ਇਹਦੇ ਨਾਲ ਹੀ ਟੋਟਲੀ ਪਿਆਈਦਾ ਜੀ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਇਹ 2 ਮਹੀਨਿਆਂ ਵਿੱਚ ਹਕੂਮਤ ਨੇ ਬਹੁਤ ਛੂਟ ਦਿੱਤੀ ਹੈ ਸੱਲ ਪਲੇਟਾਂ ਦੇ ਟੈਕਸ ਬਹੁਤ ਦੀ ਬਹੁਤ ਛੂਟ ਦਿੱਤੀ ਹੈ ਤਾਂ ਕਿ ਆਮ ਲੋਕਾਂ ਨੂੰ ਅਸੂਲ ਯਾ ਮਈਆ ਕਰ ਸਕਣ ਉਹ ਬਹੁਤ ਹੀ ਨਾ ਲੋ ਪ੍ਰਾਈਸ ਆ ਗਈਆਂ ਨੇ ਪਲੇਟਾਂ ਕਿ ਤੇ ਬਹੁਤ ਹੀ ਹਾਈ ਪ੍ਰਾਈਸ ਹੋ ਗਈ ਸੀ ਇਹਨਾਂ ਦੀ ਤਕਰੀਬਨ 550 ਵਾਟ ਦੀ 70000 ਤੇ ਪਹੁੰਚ ਗਈ ਸੀ ਇਸ ਟਾਈਮ ਉਹ ਹੈ ਤਕਰੀਬਨ 50 ਜਾਂ 55 ਦੇ ਕੰਪਨੀਆਂ ਦਾ ਸਾਹਬ ਹੁੰਦਾ ਜਿੰਨੀ ਕੰਪਨੀ ਅੱਛੀ ਹੋਏਗੀ ਉਹਨੀਆਂ ਦੀ ਪ੍ਰਾਈਸ ਅਚੀ ਹੋਏਗੀ ਤੇ ਜੀ ਇਹ ਬਹੁਤ ਹੀ ਅੱਛਾ ਨਿਜ਼ਾਮ ਹੈ ਅਸੀਂ ਹੈ ਟਿਊਬਲ ਸਾਨੂੰ ਤਕਰੀਬਨ 2 ਸਾਲ ਹੋ ਚਲੇ ਨੇ ਉਦੋਂ ਤੇ ਬਹੁਤ ਹੀ ਸਸਤੀ ਸੀ ਉਦੋਂ ਜਿਹਨੇ ਲਵਾ ਲਈ ਉਹ ਤੇ ਬਹੁਤ ਹੀ ਅੱਛਾ ਰਹਿ ਗਿਆ ਹੁਣ ਜਿਹਨੇ ਲਵਾਣੀ ਉਹ ਵੀ ਚੰਗਾ ਹੈ ਕਿਉਂਕਿ ਅੱਗੂ ਮਹਿੰਗਾਈ ਵੱਧ ਰਹੀ ਹੈ ਕਮ ਨਹੀਂ ਹੋਣੀ ਜਿਹੜੇ ਹਕੂਮਤ ਦੇ ਹਿਸਾਬ ਚੱਲ ਰਹੇ ਨੇ ਕਮ ਮਹਿੰਗਾਈ ਕਮ ਨਹੀਂ ਹੋ ਸਕਦੀ ਵੜੇਗੀ ਇਸ ਵਜ੍ਹਾ ਤੁਸੀਂ ਹੁਣ ਵੀ ਸੋਲਰ ਲਵਾ ਲੋ ਨਾ ਤੇ ਉਹ ਤੁਹਾਡੇ ਵਾਸਤੇ ਬੈਟਰ ਨੇ ਤੇ ਇਹ ਦੇਖੋ ਅਸੀਂ ਸਾਰੇ तकरीबन 10 ਕਿੱਲੇ ਨਾ ਅਸੀਂ ਇਹਦੇ ਨਾਲ ਹੀ ਪਿਆਈਦੇ ਨੇ ਕੋਈ ਪੀਟਰ ਤੁਸੀਂ ਵੇਖ ਸਕਦੇ ਪੀਟਰ ਤਾਂ ਸਾਡੇ ਇੱਥੇ ਪਿਆ ਹੀ ਕੋਨੀ ਨਾ ਕੱਲੀ ਮੋਟਰ ਦੀ ਪਈ ਏ ਮੋਟਰ ਨਾਲ ਹੀ ਅਸੀਂ ਪਿਆਣਾ ਤੇ ਨਾ ਇਹ ਬਿਜਲੀ ਤੇ ਚੱਲ ਸਕਦੀ ਜਨਾਬ ਨਾ ਸਾਡੇ ਕੋਲ ਮਤਲਬ ਬਿਜਲੀ ਵਾਲੀ ਦੂਰੂ ਤਾਰ ਹੁੰਦੀ ਸਾਡੀ ਉਧੇ ਤੇ ਬਿਜਲੀ ਪੂਰੀ ਸੋਰੀ 3 ਫੇਸ ਤੇ ਦੇਤੇ ਇਹ 3 ਫੇਸ ਦੀ ਮੋਟਰ ਜਨਾਬ 3 ਫੇਸ ਤੇ ਹੀ ਨੇ ਚੱਲਣਾ ਸਿਰਫ ਸੋਲਰ ਤੇ ਹੀ ਚਲਾਈਦੀ ਅਸੀਂ ਬਿਜਲੀ ਤੇ ਸਾਡੇ ਕੋਲ ਹੈ ਨਹੀਂ ਅੰਨੀ ਵੇਨੋ ਇਹਦੇ ਤੇ ਮੋਟਰ ਤੇ ਚਲਾ ਸਕੀਏ ਬਿਜਲੀ ਨਾਲ ਤੇ ਇਸ ਵਜ੍ਹਾ ਤੋਂ ਮੈਂ ਕਹਿ ਰਿਹਾ ਕਿ ਇਹ ਨਿਜ਼ਾਮ ਸਭ ਤੋਂ ਬਿਹਤਰ ਹੈ ਅਗਰ ਤੁਸੀਂ ਕਲਾਉਂ ਚਲਾਣਾ ਜਾਣਦੇ ਹੋ ਘਰ ਦਾ ਨਿਜ਼ਾਮ ਉਹ ਤੁਸੀਂ ਉਹਦੇ ਨਾਲ ਛੇ ਪਲੇਟਾਂ ਨਾਲ ਚਲਾ ਸਕਦੇ ਹੋ ਅਗਰ ਤੁਸੀਂ ਨਾਲ ਟਿਊਬ ਲਾਣਾ ਤੇ ਉਹ ਤੁਹਾਨੂੰ ਥੋੜੀਆਂ ਜ਼ਿਆਦਾ ਪਲੇਟਾਂ ਲਾਣੀਆਂ ਪੈਣੀਆਂ ਰ ਅਗਰ ਤੁਹਾਡੇ ਕੋ ਗੰਜਾਇਸ਼ ਨਹੀਂ ਹੈ ਤਾਂ ਫਿਰ ਤੁਸੀਂ ਪਲੇਟਾਂ ਲੈ ਕੇ ਸੋਲਰ ਵੀ ਚਲਾ ਸਕਦੇ ਹੋ ਆਮ ਬੋਰ ਵੀ ਚਲਾ ਸਕਦੇ ਹੋ ਤੇ ਉਹਦੇ ਨਾਲ ਵੀ ਘਰ ਵੀ ਚਲਾ ਸਕਦੇ ਹੋ ਘਰ ਦਾ ਸਾਰਾ ਨਿਜ਼ਾਮ ਤੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਅੱਛੀ ਲੱਗੀ ਕਿ ਅਗਰ ਵੀਡੀਓ ਅੱਛੀ ਲੱਗੀ ਤੇ ਉਸ ਨੂੰ ਲਾਈਕ ਕਰ ਦਿਓ ਤੇ ਸਾਡਾ YouTube ਚੈਨਲ ਪੰਜਾਬੀ ਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਐਸੀ ਮਜ਼ੀਦ ਅੱਛੇ-ਅੱਛੇ ਵੀਡੀਓ ਤੁਹਾਡੇ ਤੱਕ ਆਂਦੀਆਂ ਰਹਿਣ ਅਸੀਂ ਜਦੋਂ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਜਿਆ ਰਹਿਣ ਤੇ ਵੀਡੀਓ ਲਾਜ਼ਮੀ ਦੇਖਿਓ ਜੇ ਅਗਲੀ ਮੇਰੀ ਬਹੁਤ ਹੀ ਅੱਛੀ ਵੀਡੀਓ ਆਉਣ ਵਾਲੀ ਹੈ ਉਹ ਲਾਜ਼ਮੀ ਦੇਖਣੀ ਹੈ ਤੇ ਇੱਥੇ ਹੀ ਵੀਡੀਓ ਦਾ ਐਂਡ ਕਰਨੇ ਆ ਅੱਲਾ ਹਾਫਿਜ਼